ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਸਹਿਯੋਗ ਨਾਲ ਮਾਤਾ ਬਿਪਨ ਪ੍ਰੀਤ ਕੌਰ ਜੀ ਦੀ ਪ੍ਰੇਰਣਾ ਸਦਕਾ ਸਿੱਖ ਯੂਥ ਫੈਡਰੇਸ਼ਨ ਵੱਲੋਂ ਚੌਥੀ ਪੈਦਲ ਯਾਤਰਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਅੱਜ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਆਰੀਆ ਮੁਹੱਲਾ ਪੁਰਾਣੀ ਸਬਜ਼ੀ ਮੰਡੀ ਤੋਂ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਈ। ਇਸ ਮੌਕੇ ਪੁੱਜੇ ਪਤਵੰਤ ਤੇ ਸੱਜਣਾਂ ਦਾ ਮਾਤਾ ਬਿਪਨ ਪ੍ਰੀਤ ਜੀ ਵੱਲੋਂ ਸੁਰਪਾਉ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਚੌਥੀ ਪੈਦਲ ਯਾਤਰਾ ਹੈ ਜੋ ਲੁਧਿਆਣਾ ਤੋਂ ਚੱਲ ਕੇ ਵੱਖ ਵੱਖ ਪੜਾਵਾਂ 'ਤੇ ਵਿਸ਼ਰਾਮ ਕਰਨ ਉਪਰੰਤ 2 ਦਸੰਬਰ ਦਿਨ ਐਤਵਾਰ ਨੂੰ ਗੁਰੂ ਰਾਮਦਾਸ ਜੀ ਦੀ ਨਗਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇਗੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਜੀਆਂ ਬਾਰੇ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਨ੍ਹਾਂ ਨੇ ਵੈਰਾਗ ਦੇ ਵਿੱਚ ਆ ਕੇ ਪੱਤਰਿਕਾਵਾਂ ਲਿਖੀਆਂ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ ਬਿਲਪ ਕਰੈ ਚਾਤਰ ਕੀ ਨਿਆਈ। ਸਤਿਗੁਰਾਂ ਨੇ ਦੂਸਰੀ ਵਾਰ ਇਹ ਵੀ ਆਖਣਾ ਕੀਤਾ, ਧੰਨ ਸੋ ਦੇਹ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ। ਸਤਿਗੁਰੂ ਜੀ ਨੇ ਵੀ ਆਖਿਆ ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਆ ਪਰ ਤੁਧ ਭਗਵੰਤਾ। ਉਸ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਵਿੱਤਰ ਪਾਵਨ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਿੱਥੇ ਸੰਸਾਰ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਹਮੇਸ਼ਾ ਲੋਚਦੀ ਰਹਿੰਦੀ ਹੈ, ਅੱਜ ਸਾਡੇ ਲਈ ਇੱਕ ਵਡਭਾਗਾ ਸਮਾਂ ਹੈ, ਵਡਭਾਗਾ ਦਿਨ ਹੈ, ਜਿੱਥੇ ਯੂਥ ਫੈਡਰੇਸ਼ਨ ਵੱਲੋਂ ਇੱਕ ਉਪਰਾਲਾ ਕਰਕੇ ਪੈਦਲ ਯਾਤਰਾ ਜਿਹੜੀ ਹੈ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਜੀਆਂ ਦੇ ਲੁਧਿਆਣਾ ਤੋਂ ਪ੍ਰਾਰੰਭ ਕਰਨ ਲੱਗੇ ਨੇ, ਜਿਨ੍ਹਾਂ ਨੂੰ ਹੋਰ ਵੀ ਇੱਕ ਪ੍ਰਮੁੱਖ ਗੱਲ ਇਹ ਹੈ ਕਿ ਉਹਨਾਂ ਨੂੰ ਰਵਾਨਗੀ ਦੇ ਲਈ ਜਿੱਥੇ ਗੁਰੂ ਨਾਨਕ ਮਿਸ਼ਨ ਵਾਲੇ ਸਾਰੇ ਸਿੰਘਾਂ ਦਾ ਪੂਰਨ ਸਹਿਯੋਗ ਹੈ, ਭਾਈ ਸੁਰਿੰਦਰ ਸਿੰਘ ਚੌਹਾਨ ਸਾਹਿਬ ਉੱਥੇ ਵਿਸ਼ੇਸ਼ ਤੌਰ 'ਤੇ ਸੀਸ ਦੇਣ ਦੇ ਲਈ, ਸਰਦਾਰ ਹਰਚਰਨ ਸਿੰਘ ਜੀ ਗੋਲਵਾੜੀਆ ਸਾਹਿਬ ਉਚੇਚੇ ਤੌਰ 'ਤੇ ਆਏ ਨੇ, ਮੇਅਰ ਡੰਗ ਸਾਹਿਬ ਹਰਪਿੰਦਰ ਸਿੰਘ ਡੰਗ ਸਾਹਿਬ ਅਤੇ ਬਾਬਾ ਅਜੀਤ ਸਿੰਘ ਜੀ ਉਚੇਚੇ ਤੌਰ 'ਤੇ ਆਏ। ਵਿਲੱਖਣ ਗੱਲ ਇਹ ਹੈ ਕਿ ਇਹ ਜਿਹੜਾ ਰਵਾਨਾ ਹੋ ਰਿਹਾ ਜੱਥਾ, ਇਹਨਾਂ ਨੂੰ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਾਇਆ ਨਾਜ ਹਸਤੀ ਬੀਬੀ ਵਿਪਨ ਕੌਰ ਜੀ ਹੋਰਾਂ ਦੀ ਗ੍ਰਹਿ ਤੋਂ ਸਤਿਗੁਰੂ ਜੀ ਦੀ ਪਾਵਨ ਚਰਨਾਂ ਦੀ ਸੀਸ ਲੈ ਕੇ ਇਹ ਵਿਵਾਹ ਪ੍ਰਵਾਨਗੀ ਕਰ ਰਹੇ ਨੇ। ਸਿੱਖ ਯੂਥ ਫੈਡਰੇਸ਼ਨ ਵੱਲੋਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਸਹਿਯੋਗ ਦੇ ਨਾਲ ਜੋ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਸਤੇ ਪੈਦਲ ਯਾਤਰਾ ਇੱਥੋਂ ਆਰੰਭ ਹੋਣ ਜਾ ਰਹੀ ਹੈ, ਸੋ ਉਹਦੇ ਵਾਸਤੇ ਸਾਡੇ ਕੋਲ ਸਤਿਕਾਰਯੋਗ ਮਾਤਾ ਬਿਪਨਪ੍ਰੀਤ ਕੌਰ ਜੀ ਦੇ ਸਥਾਨ ਤੋਂ ਜਿੱਥੋਂ ਇਹਨਾਂ ਨੇ ਚੱਲਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜੈਦਾਰ ਪਾਲ ਸਿੰਘ ਜੀ ਜੱਲਾ, ਸਾਬਕਾ ਮੇਅਰ ਲੁਧਿਆਣਾ ਸਾਹ ਚਰਨ ਸਿੰਘ ਗੋਲਵੜੀਆ, ਸਾਹ ਹਰਭਜਨ ਸਿੰਘ ਜੀ ਡੰਗ, ਬਾਬਾ ਅਜੀਤ ਸਿੰਘ ਜੀ ਔਰ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਵੱਲੋਂ ਅੱਜ ਇੱਥੋਂ ਸਰ ਗਗਨਦੀਪ ਸਿੰਘ ਸ਼ਹਿਰੀ ਔਰ ਰੋਬਿਨ ਨੰਦਾ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਟੀਮ ਹੈ ਸਾਰੀ ਉੱਥੇ ਰਵਾਨਾ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਰਸਤੇ ਵਿੱਚ ਇਹਨਾਂ ਨੂੰ ਅੰਗ ਸੰਗ ਸਹੀ ਹੋ ਕੇ ਮਹਾਰਾਜ ਆਪ ਹਿੰਮਤ ਬਖਸ਼ਣ ਔਰ ਇਹ ਯਾਤਰਾ ਸਫਲ ਕਰਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ। ਅੱਜ ਲੁਧਿਆਣੇ ਤੋਂ ਸਿੱਖ ਯੂਥ ਫੈਡਰੇਸ਼ਨ ਦੀ ਅਗਵਾਈ ਵਿੱਚ ਜੋ ਇੱਕ ਜੱਥਾ ਪੈਦਲ ਯਾਤਰਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਸਤੇ ਚਾਲੇ ਪਾ ਰਿਹਾ ਹੈ, ਜਿਸ ਦੇ ਵਿਸ਼ੇਸ਼ ਤੌਰ 'ਤੇ ਇੱਥੋਂ ਵਿਦਾਈ ਜਿਹੜੀ ਹੈ ਬਹੁਤ ਹੀ ਸਤਿਕਾਰਯੋਗ ਮਾਤਾ ਬਿਪਨਪ੍ਰੀਤ ਕੌਰ ਹੋਣਾ ਵੱਲੋਂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਹੁਣੇ ਹੁਣੇ ਜੱਲਾ ਸਾਹਿਬ ਨੇ ਜੋ ਕਿ ਮੀਤ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ। ਮੈਂ ਵੀ ਵਿਸ਼ੇਸ਼ ਤੌਰ 'ਤੇ ਸਾਰੇ ਹੀ ਜੱਥੇ ਦੇ ਜੋ ਮੈਂਬਰ ਨੇ ਇੱਥੋਂ ਜਾ ਰਹੇ ਨੇ ਉਹਨਾਂ ਨੂੰ ਵਧਾਈ ਦਿੰਦਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਹੋਈ, ਜੋ ਸਤਿਕਾਰਯੋਗ ਮਾਤਾ ਬਿਪਨਪ੍ਰੀਤ ਕੌਰ ਜੀ ਦੀ ਪ੍ਰੇਰਣਾ ਸਦਕਾ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਸਹਿਯੋਗ ਦੇ ਨਾਲ ਲੁਧਿਆਣੇ ਤੋਂ ਜੋ ਪੈਦਲ ਯਾਤਰਾ ਸ਼੍ਰੀ ਦਰਬਾਰ ਸਾਹਿਬ ਲਈ ਜਾਣੀ ਹੈ, ਉਹ
ਮਾਤਾ ਜੀ ਤੋਂ ਆਗਿਆ ਲੈ ਕੇ ਗੁਰੂ ਸਾਹਿਬ ਦਾ ਓਟ ਆਸਰਾ ਸੀਸ ਲੈ ਕੇ ਕੁਛ ਹੀ ਚਾਨੀ ਮਿੰਟਾਂ ਦੇ ਵਿੱਚ ਇੱਥੋਂ ਦੀ ਰਵਾਨਗੀ ਲਈ ਤਿਆਰ ਹੈ ਔਰ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਸਾਰੀ ਸੰਗਤ ਇਸ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ ਕਦਮ ਕਦਮ ਉਹਨਾਂ ਦਾ ਲੇਖੇ ਲਗਾ ਕੇ ਗੁਰੂ ਸਾਹਿਬ ਝੋਲੀਆਂ ਭਰਨ ਖੁਸ਼ੀਆਂ ਬਖਸ਼ਣ ਔਰ ਸਾਰਿਆਂ ਨੂੰ ਪੈਦਲ ਚੱਲਣ ਦਾ ਬਲ ਬਖਸ਼ਣ ਔਰ ਇਸੇ ਕਾਮਨਾ ਦੇ ਨਾਲ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਪੈਦਲ ਚੱਲਣ ਦਾ ਆਸ਼ੀਰਵਾਦ ਲੈਂਦੇ ਹੋਏ ਸਾਰੇ ਸੰਗਤ ਦਾ ਧੰਨਵਾਦ ਕਰਦਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।